ਇਹੀ ਅਪੀਲ ਮੈਂ ਤੁਹਾਨੂੰ ਸਾਰਿਆਂ ਨੂੰ ਕਰਨੀ ਚਾਹੁੰਦਾ ਵਾਂ, ਤੁਹਾਡੇ ਸਾਰਿਆਂ 'ਚ ਵੀ ਹੌਸਲਾ ਵਾ, ਤੁਹਾਡੇ ਸਾਰਿਆਂ 'ਚ ਵੀ ਜਜ਼ਬਾ ਵਾ, ਉੱਠੋ ਲੜੋ ਆਪਣੇ ਮੁਕੱਦਰਾਂ ਦੇ ਨਾਲ ਆਪਣੀ ਮੰਜ਼ਿਲ ਨੂੰ ਪਾਉਣ ਵਾਸਤੇ। ਧੰਨਵਾਦ ਜੀ ਸਾਰਿਆਂ ਨੂੰ। ਸੋ ਦੋਸਤੋ, ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਇੱਕ ਕੰਮ ਦੀ ਸ਼ੁਰੂਆਤ ਕੀਤੀ ਹੋਈ ਹੈ ਜਿਸਦਾ ਨਾਮ ਆ ਸਪੋਰਟ ਫੋਰ ਯੂਥ, ਅਤੇ ਤੁਹਾਡੇ ਸਭ ਦੇ ਸਾਥ ਦੇ ਨਾਲ, ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਅਸੀਂ ਪਿੱਛੇ 18 ਪਿੰਡ ਕਵਰ ਕਰ ਚੁੱਕੇ ਹਾਂ, ਅਤੇ ਅੱਜ ਇਸ ਆਪਣੇ ਇਸ ਕੰਮ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪਹੁੰਚੇ ਹਾਂ ਆਪਣੇ 19ਵੇਂ ਪਿੰਡ, ਅਤੇ ਇਸ ਪਿੰਡ ਦਾ ਨਾਮ ਆ ਭਿੱਟੇਵੱਡ, ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਆ। ਅਤੇ ਸਾਡੇ ਨਾਲ ਤੁਸੀਂ ਨੌਜਵਾਨ ਦੇਖਦੇ ਹੋ, ਸਾਡੇ ਭਰਾ, ਸਾਡੀਆਂ ਭੈਣਾਂ, ਜੋ ਸਪੋਰਟਸਮੈਨ ਨੇ, ਇੱਕ ਪਲੇਅਰ ਨੇ, ਪਰ ਇਹ ਪਲੇਅਰ ਸਿਰਫ ਗਰਾਊਂਡ ਤੱਕ ਹੀ ਨੇ, ਕਿਉਂਕਿ ਇਹਨਾਂ ਨੂੰ ਗਰਾਊਂਡ ਤੋਂ ਬਾਹਰ ਕੋਈ ਸਪੋਰਟ ਨਹੀਂ ਕਰਦਾ। ਇਹਨਾਂ ਨੇ ਮੈਡਲ ਜਿੱਤੇ ਨੇ ਨੈਸ਼ਨਲ ਲੈਵਲ ਤੱਕ, ਇਹ ਕੁੜੀਆਂ ਖੇਡੀਆਂ ਨੇ, ਸਟੇਟ ਲੈਵਲ 'ਤੇ ਫਸਟ ਪੁਜੀਸ਼ਨ ਆਈ ਹੈ ਇਹਨਾਂ ਦੀ ਕਬੱਡੀ ਗੇਮ ਦੇ ਵਿੱਚ, ਨੈਸ਼ਨਲ ਲੈਵਲ 'ਚ ਥਰਡ ਪੁਜੀਸ਼ਨ ਹੋਲਡ ਕੀਤੀ ਹੈ ਇਹਨਾਂ ਨੇ, ਪਰ ਕਿਸੇ ਨੇ ਇਹਨਾਂ ਦੀ ਸਪੋਰਟ ਤੱਕ ਨਹੀਂ ਕੀਤੀ। ਅਤੇ ਜੇ ਅਸੀਂ ਇਹਨਾਂ ਕੁੜੀਆਂ ਕੋਲ ਪੁੱਛਿਆ ਵਾ, ਇਹਨਾਂ ਦੇ ਕੋਚ ਸਾਡੇ ਨਾਲ ਮੌਜੂਦ ਨੇ, ਸਾਜਨ ਵੀਰਾ ਵਾ, ਇੱਕ ਹੋਰ ਵੀਰਾ ਸਾਡੇ ਨਾਲ ਜੋ ਰੈਸਲਿੰਗ ਦੀ ਕੋਚਿੰਗ ਦਿੰਦੇ ਨੇ, ਇੱਕ ਕਾਜਲ ਮੈਮ ਨੇ ਸਾਡੇ ਨਾਲ ਜਿਨ੍ਹਾਂ ਨੇ ਇੰਟਰ ਯੂਨੀਵਰਸਿਟੀ ਖੇਡੀ ਹੈ, ਪਟਿਆਲੇ ਦੀ ਇੱਕ ਯੂਨੀਵਰਸਿਟੀ ਆ ਉਹਦੇ ਵੱਲੋਂ ਇੰਟਰ ਯੂਨੀਵਰਸਿਟੀ ਖੇਡੀ ਹੈ ਇਹਨਾਂ ਨੇ। ਇਹਨਾਂ ਮੈਡਮ ਕੋਲੋਂ ਪਤਾ ਲੱਗਾ ਸਾਨੂੰ ਕਿ ਸਾਨੂੰ ਸਨਮਾਨ ਤਾਂ ਕੀ ਕਰਨਾ ਸੀ, ਸਾਨੂੰ ਕਿਸੇ ਨੇ ਕਿੱਟ ਤੱਕ ਨਹੀਂ ਦਿੱਤੀ ਉੱਥੇ, ਜੋ ਇੱਕ ਕਿੱਟ ਸਪੋਰਟਸਮੈਨ ਨੂੰ ਮਿਲਦੀ ਆ, ਜਰਸੀ ਮਿਲਦੀ ਆ, ਸਾਨੂੰ ਉਹ ਤੱਕ ਨਹੀਂ ਮਿਲੀ ਉੱਥੋਂ, ਸਾਨੂੰ ਸਰਟੀਫਿਕੇਟ ਮਿਲ ਗਿਆ, ਉਹੀ ਬਹੁਤ ਆ ਸਾਡੇ ਵਾਸਤੇ। ਅਤੇ ਜੇ ਇਹਨਾਂ ਆਪਾਂ ਭੈਣਾਂ ਦੀ ਗੱਲ ਕਰੀਏ, ਇਹ ਨੈਸ਼ਨਲ ਲੈਵਲ ਤੱਕ ਖੇਡੀਆਂ ਨੇ, ਇਹਨਾਂ ਦੇ ਪਿੰਡ ਦੇ ਗਰਾਊਂਡ ਹੈ ਨਹੀਂ, ਇਹ ਸੜਕ ਦੇ ਉੱਤੇ ਮਿਹਨਤ ਕਰਕੇ, ਸੜਕ ਦੇ ਉੱਤੇ ਪ੍ਰੈਕਟਿਸ ਕਰਕੇ, ਰਾਊਂਡ ਸਰਕਲ ਬਣਾ ਕੇ ਉਹਦੇ ਵਿੱਚ ਹੀ ਇਹ ਮੈਡਮ ਇਹਨਾਂ ਨੂੰ ਐਕਸਰਸਾਈਜ਼ਾਂ ਕਰਾਉਂਦੇ ਨੇ, ਸਾਜਨ ਵੀਰ ਇਹਨਾਂ ਨੂੰ ਕੋਚਿੰਗ ਦਿੰਦੇ ਨੇ, ਇੱਥੇ ਰਹਿ ਕੇ ਇਹਨਾਂ ਨੇ ਸੜਕ 'ਤੇ ਜਾਂ ਜਿੱਥੇ ਇਹਨਾਂ ਨੂੰ ਖਾਲੀ ਸਥਾਨ ਮਿਲਦਾ ਸੀ ਉੱਥੇ ਮਿਹਨਤ ਕਰਦੇ ਸੀ, ਉੱਥੇ ਮਿਹਨਤ ਕਰਕੇ ਇਹ ਨੈਸ਼ਨਲ ਲੈਵਲ 'ਤੇ ਪੁੱਜੇ ਨੇ। ਅਤੇ ਜੇ ਇਹਨਾਂ ਨੂੰ ਬਿਨਾਂ ਇਹ ਇਕਵਿਪਮੈਂਟ ਤੋਂ, ਬਿਨਾਂ ਬੈਨੀਫਿਟ ਤੋਂ ਇਹ ਇੰਨੇ ਵੱਡੇ ਲੈਵਲ 'ਤੇ ਪੁੱਜੇ ਨੇ, ਅਤੇ ਜੇ ਇਹਨਾਂ ਨੂੰ ਉਹੀ ਸਪੋਰਟ ਮਿਲੇ, ਬਾਹਰੋਂ ਸਪੋਰਟ ਮਿਲੇ, ਪਿੰਡੋਂ ਸਪੋਰਟ ਮਿਲੇ, ਤਾਂ ਇਹ ਕੀ ਨਹੀਂ ਕਰ ਸਕਦੇ। ਅਤੇ ਜੇ ਸਪੋਰਟ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਬਾਹਰੋਂ ਤਾਂ ਦੂਰ ਦੀ ਗੱਲ ਹੈ, ਕਿਸੇ ਨੇ ਪਿੰਡੋਂ ਸਨਮਾਨ ਨਹੀਂ ਕੀਤਾ, ਆਹੀ ਗੱਲ ਨਾ, ਪਿੰਡੋਂ ਸਨਮਾਨ ਹੋਇਆ ਤੁਹਾਡਾ ਕਦੇ? ਅਤੇ ਮੈਂ ਇੱਥੇ ਨਾ ਸਾਡੇ ਸਰ ਸੁਖਵਿੰਦਰ ਸਿੰਘ ਜੀ ਨੇ SHO ਨੇ ਪੰਜਾਬ ਪੁਲਿਸ ਦੇ ਵਿੱਚ ਰਹਿ ਚੁੱਕੇ ਨੇ, ਉਹਨਾਂ ਨੇ ਸਾਡਾ ਰਾਬਤਾ ਕਰਵਾਇਆ ਇਹਨਾਂ ਬੱਚਿਆਂ ਦੇ ਨਾਲ, ਅਤੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਕਿ ਉਹਨਾਂ ਨੇ ਇਹਨਾਂ ਪਲੇਅਰਸ ਦੇ ਨਾਲ ਸਾਨੂੰ ਬੁਲਾਇਆ, ਅਤੇ ਆਪਾਂ ਪਲੇਅਰਸ ਵਾਸਤੇ ਜਰਸੀਆਂ ਲੈ ਕੇ ਆਏ ਹਾਂ, ਸਪੋਰਟਸ ਸ਼ੂਜ਼ ਲੈ ਕੇ ਆਏ ਹਾਂ, ਟੋਟਲ 35 ਜਣੇ ਆ, ਅਤੇ ਮੈਂ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਇੱਥੇ ਪਹੁੰਚਿਆ ਹਾਂ, ਮੈਂ ਇਕੱਲਾ ਨਹੀਂ ਪਹੁੰਚਿਆ ਇੱਥੇ, ਤੁਸੀਂ ਸਾਰੇ ਮੇਰੇ ਨਾਲ ਪਹੁੰਚੇ ਹੋ, ਚਾਹੇ ਮੈਂ ਫਿਜ਼ੀਕਲੀ ਇੱਥੇ ਇਕੱਲਾ ਇਨਵੋਲਵ ਹਾਂ, ਪਰ ਮੈਂਟਲੀ ਤੁਸੀਂ ਸਾਰੇ ਮੇਰੇ ਨਾਲ ਇੱਥੇ ਮੌਜੂਦ ਹੋ, ਕਿਉਂਕਿ ਤੁਸੀਂ ਸਾਰਿਆਂ ਨੇ ਮੇਰਾ ਇਸ ਕੰਮ ਦੇ ਵਿੱਚ ਸਾਥ ਦਿੱਤਾ। ਇਹਨਾਂ ਪਲੇਅਰਸ ਦੇ ਨਾਲ ਇੱਕ ਵਾਅਦਾ ਕਰਕੇ ਚੱਲਿਆ ਵਾਂ ਕਿ ਜੇ ਇਹ ਮਿਹਨਤ ਕਰਦੇ ਰਹਿੰਦੇ ਆ, ਆਪਣੇ ਪਿੰਡ ਟੂਰਨਾਮੈਂਟ ਜਦੋਂ ਕਰਾਉਂਦੇ ਆ ਅਗਲੀ ਵਾਰੀ, ਹੋਰ ਕੋਈ ਇਹਨਾਂ ਦੀ ਸਪੋਰਟ ਕਰੇ ਨਾ ਕਰੇ, ਅਸੀਂ ਇਹਨਾਂ ਦੀ ਸਪੋਰਟ ਕਰਨ ਵਾਸਤੇ ਜ਼ਰੂਰ ਆਵਾਂਗੇ। ਅਤੇ ਮੈਂ ਇਹਨਾਂ ਕੋਲ ਇੱਕ ਹੀ ਵਾਅਦਾ ਚਾਹੁੰਦਾ ਕਿ ਤੁਸੀਂ ਮਿਹਨਤ ਕਰਦੇ ਰਹੋ, ਹੌਸਲਾ ਨਾ ਛੱਡੋ ਕਦੀ ਵੀ, ਕਿਉਂਕਿ ਅਸੀਂ ਮਾੜੇ ਘਰਾਂ 'ਚ ਉੱਠੇ ਹਾਂ, ਪਰ ਆਪਾਂ ਜਦੋਂ ਮਰਨਾ ਵਾ ਉਦੋਂ ਮਾੜੇ ਨਹੀਂ ਮਰਨਾ। ਕਹਿੰਦੇ ਨਾ ਇੱਕ ਬੜੇ ਮਾਣ ਗੱਲ ਕਹੀ ਹੈ ਕਿ ਗਰੀਬ ਜੰਮਿਆ ਪਰ ਗਰੀਬ ਮਰਨਾ ਨਹੀਂ ਹੈ, ਸੋ ਇਹ ਗੱਲ ਸਾਡੀ ਸਾਰਿਆਂ ਤੋਂ ਢੁੱਕਦੀ ਹੈ, ਕਿ ਅਸੀਂ ਜੇ ਗਰੀਬ ਜੰਮੇ ਹਾਂ ਤਾਂ ਸਾਡਾ ਉਹ ਕੋਈ ਜੁਰਮ ਨਹੀਂ ਹੈ, ਪਰ ਜੇ ਅਸੀਂ ਗਰੀਬ ਮਰੇ ਤਾਂ ਸਾਡੀ ਗਲਤੀ ਹੈ। ਇਹੀ ਅਪੀਲ ਮੈਂ ਤੁਹਾਨੂੰ ਸਾਰਿਆਂ ਨੂੰ ਕਰਨੀ ਚਾਹੁੰਦਾ ਵਾਂ, ਤੁਹਾਡੇ ਸਾਰਿਆਂ 'ਚ ਵੀ ਹੌਸਲਾ ਵਾ, ਤੁਹਾਡੇ ਸਾਰਿਆਂ 'ਚ ਵੀ ਜਜ਼ਬਾ ਵਾ, ਉੱਠੋ ਲੜੋ ਆਪਣੇ ਮੁਕੱਦਰਾਂ ਦੇ ਨਾਲ ਆਪਣੀ ਮੰਜ਼ਿਲ ਨੂੰ ਪਾਉਣ ਵਾਸਤੇ। ਧੰਨਵਾਦ ਜੀ।